ਪਗ 4 ਇਸ ਵਿਰੋਧ ਨੇ ਕੁਝ ਸਮੇਂ ਲਈ ਰਾਸ਼ਟਰੀ ਸਿੱਖ ਸੰਗਤ ਨੂੰ ਆਪਣੀ ਪੈਰ ਪਿੱਛੇ ਖਿੱਚਣ ਲਈ ਮਜਬੂਰ ਕਰ ਦਿੱਤਾ ਪੰਜਾਬ ਚ ਸੰਗਤ ਦੇ ਸਾਬਕਾ ਜਨਰਲ ਸਕੱਤਰ ਰਗੂਬੀਰ ਸਿੰਘ ਦੇ ਅਨੁਸਾਰ ਸੂਬੇ ਚ ਸਾਡੀਆਂ ਗਤੀਵਿਧੀਆਂ ਇਸ ਡਰ ਦਾ ਸ਼ਿਕਾਰ ਹੋ ਚੁੱਕੀਆਂ ਸਨ ਕਿ ਜੇਕਰ ਅਸੀਂ ਜ਼ਿਆਦਾ ਦਬਾਅ ਪਾਇਆ ਤਾਂ ਅਸੀਂ ਕਿਤੇ ਹੋਰ ਜ਼ਿਆਦਾ ਖਰਾਬ ਸਥਿਤੀ ਚ ਨਾ ਪਹੁੰਚ ਜਾਈਏ ਪਰ ਦੂਜੇ ਪਾਸੇ ਜੇਕਰ ਅਸੀਂ ਇਹ ਨਾ ਕਰਦੇ ਤਾਂ ਸਾਡੀ ਸਾਰੀ ਕੋਸ਼ਿਸ਼ ਅਰਥਹੀਨ ਹੋ ਜਾਂਦੀ ਇੱਕ ਭਾਈਚਾਰੇ ਨੂੰ ਆਪਣੇ ਧਰਮ ਦਾ ਕਿਸੇ ਦੂਜੇ ਧਰਮ 'ਚ ਰਲੇਵਾ ਕਰਨ ਲਈ ਮਨਾਉਣਾ ਇੱਕ ਬੇहद ਪੇਚੀਦਾ ਮਸਲਾ ਹੈ। ਕਈ ਵਾਰ ਇਹ ਅਕਲਪਿਤ ਰਸਤੇ ਤੇ ਚੱਲਿਆ ਜਾਂਦਾ ਹੈ। ਤੇ ਇਸ ਨਾਲ ਪੈਦਾ ਹੋਣ ਵਾਲੇ ਰੋਸ ਵੱਲ ਧਿਆਨ ਹੀ ਨਹੀਂ ਜਾਂਦਾ। ਤੇ ਇਸ ਵਿੱਚ ਅਕਲਪਿਤ ਰੂਪ 'ਚ ਫੁੱਟ ਪੈਣ ਦੀ ਪ੍ਰਵਿਰਤੀ ਹੁੰਦੀ ਹੈ। ਸ਼ਾਇਦ ਆਰਐਸਐਸ ਨੇ ਇਹ ਸੋਚਿਆ ਹੋਣਾ ਕਿ ਉਹ ਕੁਝ ਸਤਹ ਗਤੀਵਿਧੀਆਂ ਦੇ ਸਹਾਰੇ ਆਮ ਸਹਿਮਤੀ ਬਣਾਉਣ ਦੇ ਆਪਣੀ ਇਹ ਯਤਨਾਂ 'ਚ ਸਫਲ ਹੋ ਜਾਵੇਗਾ। ਪਰ ਆਰਐਸਐਸ ਦੀ ਪੰਜਾਬ ਚ ਪਹਿਲੇ ਦੌਰੇ ਦੀ ਮਹਮ ਨਾਲ ਹੀ ਅਜਿਹਾ ਗੁੱਸਾ ਭੜਕਿਆ ਕਿ ਇਹ ਸੂਬੇ ਚ ਅਗਲਾ ਕਦਮ ਚੁੱਕਣ ਲਈ ਆਪਣਾ ਦ੍ਰਿਸ਼ਟੀਕੋਣ ਬਣਾਉਣ ਚ ਉਸ ਨੂੰ 2 ਸਾਲ ਲੱਗ ਗਏ। ਪੰਜਾਬ ਚ ਸਥਿਤੀ ਦੇ ਸ਼ਾਂਤਮਈ ਹੋਣ ਦਾ ਅਹਿਸਾਸ ਹੋਣ ਤੇ 2003 ਚ ਆਰਐਸਐਸ ਨੇ ਆਪਣੀ ਸਿੱਖ ਸ਼ਾਖਾ ਦੇ ਰਾਹੀ ਨਵੇਂ ਸਿਰੇ ਤੋਂ ਯਤਨ ਕਰਨ ਦਾ ਫੈਸਲਾ ਕੀਤਾ। ਉਸੇ ਸਾਲ ਅਖਿਲ ਭਾਰਤੀ ਕਾਰਜਕਾਰੀ ਕਮੇਟੀ ਦੀ ਬੈਠਕ ਚ ਆਰਐਸਐਸ ਨੇ ਇੱਕ ਪ੍ਰਸਤਾਵ ਪਾਸ ਕਰਕੇ ਆਪਣੇ ਸੰਗਠਨ ਨੂੰ ਕਿਹਾ ਕਿਉ ਗੁਰੂ ਗ੍ਰੰਥ ਸਾਹਿਬ ਦਾ ਖਰੜਾ ਤਿਆਰ ਹੋਣ ਅਤੇ ਹਰਮੰਦਰ ਸਾਹਿਬ 'ਚ ਇਸ ਦੀ ਸਥਾਪਨਾ ਦੇ 400 ਸਾਲ ਪੂਰੇ ਹੋਣ ਤੇ ਮਨਾਏ ਜਾਣ ਵਾਲੇ ਸਮਾਰੋਹ 'ਚ ਵੱਧ ਛੜ ਕੇ ਹਿੱਸਾ ਲੈਣ। ਆਰਐਸਐਸ ਦੇ ਇਸ ਪ੍ਰਸਤਾਵ ਦੇ ਜਵਾਬ 'ਚ ਰਾਸ਼ਟਰੀ ਸਿੱਖ ਸੰਗਤ ਨੇ ਇੱਕ ਰਾਸ਼ਟਰੀ ਪਦਰੀ ਯਾਤਰਾ ਦੇ ਆਯੋਜਨ ਦੀ ਰੂਪਰੇਖਾ ਤਿਆਰ ਕੀਤੀ। ਤੇ ਇਸ ਨੂੰ ਸਰਵਸਾਂਝੀ ਗੁਰਬਾਣੀ ਦਾ ਨਾਮ ਦਿੱਤਾ। ਇਹ ਯਾਤਰਾ 1 ਅਗਸਤ 2004 ਤੋਂ ਸ਼ੁਰੂ ਹੋਣੀ ਸੀ। ਇਸ ਨੇ ਉਹਨਾਂ ਸੰਤਾਂ ਦੇ ਜਨਮ ਸਥਾਨਾਂ ਤੋਂ ਹੁੰਦੇ ਹੋਏ ਗੁਜ਼ਰਨਾ ਸੀ ਜਿਨ੍ਹਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ ਸਿੱਖ ਗੁਰੂਆਂ ਤੋਂ ਇਲਾਵਾ ਇਨ੍ਹਾਂ 'ਚ ਪੱਛਮ ਬੰਗਾਲ ਦੇ ਜੈਦੇਵ, ਮਹਾਰਾਸ਼ਟਰ ਦੇ ਨਾਮਦੇਵ, ਤਿਰਲੋਚਨ ਅਤੇ ਪਰਮਾਨੰਦ, ਮੱਧ ਪ੍ਰਦੇਸ਼ ਦੇ ਭਗਤ ਸੇਨ, ਰਾਜਸਥਾਨ ਦੇ ਭਗਤ ਪੀਪਾ ਅਤੇ ਧੰਨਾ, ਉੱਤਰ ਪ੍ਰਦੇਸ਼ ਦੇ ਭਗਤ ਕਬੀਰ, ਸੂਰਦਾਸ, ਰਵਿਦਾਸ ਅਤੇ ਰਾਮਾਨੰਦ, ਬਿਹਾਰ ਦੇ ਭਗਤ 베ਨੀ, ਪੰਜਾਬ ਦੇ ਸ਼ੇਖ ਫਰੀਦ ਸਿੰਧ ਦੇ ਭਗਤ ਸਾਧਨਾ ਅਤੇ ਹੋਰ ਸੰਤਾਂ ਨੂੰ ਸ਼ਾਮਿਲ ਕੀਤਾ ਗਿਆ ਸੀ। 1 ਮਹੀਨੇ ਦੀ ਇਸ ਯਾਤਰਾ ਦੀ ਸਮਾਪਤੀ 1 ਸਤੰਬਰ 2004 ਨੂੰ ਅੰਮ੍ਰਿਤਸਰ ਦੇ ਵਿੱਚ ਹੋਣੀ ਸੀ। ਰਗਵੀਰ ਸਿੰਘ ਦੱਸਦੇ ਨੇ ਮਾਰਚ ਦੇ ਮਹੀਨੇ 'ਚ ਅਸੀਂ ਪ੍ਰਸਤਾਵਿਤ ਸਰਵਸਾਂਝੀ ਗੁਰਬਾਣੀ ਯਾਤਰਾ ਦੇ ਮਾਰਗ ਨਾਲ ਸਮਾਰੋਹ ਦਾ ਵਿਸਤ੍ਰਿਤ ਵੇਰਵਾ ਅਕਾਲ ਤਖਤ ਨੂੰ ਉਸ ਦੀ ਆਗਿਆ ਲੈਣ ਲਈ ਦਿੱਤਾ। ਇਹ ਯਾਤਰਾ ਸ਼ੁਰੂ ਹੋਣ ਤੋਂ 1 ਹਫ਼ਤਾ ਪਹਿਲਾਂ 23 ਜੁਲਾਈ 2004 ਨੂੰ ਅਕਾਲ ਤਖਤ ਨੇ ਫਰਮਾਨ ਜਾਰੀ ਕਰਕੇ ਰਾਸ਼ਟਰੀ ਸਿੱਖ ਸੰਗਤ ਨੂੰ ਪੰਥ ਵਿਰੋਧੀ ਸੰਗਠਨ ਐਲਾਨ ਦਿੱਤਾ ਜੋ ਆਪਣੀਆਂ ਪੰਥ ਵਿਰੋਧੀ ਗਤੀਵਿਧੀਆਂ ਦੇ ਲਈ ਸਿੱਖਾਂ ਦਾ ਸਮਰਥਨ ਹਾਸਲ ਕਰਨ ਦੇ ਯਤਨ ਚ ਸਿੱਖਾਂ ਨੂੰ ਗੁੰਮਰਾਹ ਕਰ ਰਿਹਾ ਇਸ ਫਰਮਾਨ ਚ ਕੌਮ ਅਤੇ ਉਸ ਦੇ ਧਾਰਮਿਕ ਸੰਗਠਨਾਂ ਨੂੰ ਕਿਹਾ ਗਿਆ ਸੀ ਕਿ ਆਰਐਸਐਸ ਦੀ ਇਸ ਸ਼ਾਖਾ ਨੂੰ ਕਿਸੇ ਪ੍ਰਕਾਰ ਦਾ ਸਹਿਯੋਗ ਨਾ ਦਿੱਤਾ ਜਾਵੇ ਇਸ ਫਰਮਾਨ ਤੇ ਪਟਨਾ ਸਾਹਿਬ ਜੱਥੇਦਾਰ ਇਕਬਾਲ ਸਿੰਘ ਸ਼੍ਰੀ ਕੇਸਗੜ ਸਾਹਿਬ ਜੱਥੇਦਾਰ ਤਰਲੋਚਨ ਸਿੰਘ ਦਰਬਾਰ ਸਾਹਿਬ ਗ੍ਰੰਥੀ ਗਿਆਨੀ ਗੁਰਪ੍ਰਜਨ ਸਿੰਘ ਅਕਾਲ ਤਖਤ ਜੱਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਅਤੇ ਦਮਦਮਾ ਸਾਹਿਬ ਜੱਥੇਦਾਰ ਬਲਵੰਦ ਸਿੰਘ ਨੇ ਦਸਤਖਤ ਕੀਤੇ ਸਨ ਇਹ ਨਿਰਦੇਸ਼ ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਸੀ ਕਿ ਇਸ ਨੇ ਰਾਸ਼ਟਰੀ ਸਿੱਖ ਸੰਗਤ ਨੂੰ ਨਾ ਸਿਰਫ ਆਪਣੀ ਪ੍ਰਸਤਾਵਿਤ ਯਾਤਰਾ ਦਾ ਸਮਾਰੋਹ ਰੱਦ ਕਰਨ ਲਈ ਮਜਬੂਰ ਕਰ ਦਿੱਤਾ ਸਗੋਂ ਉਸ ਸਾਹਿਤ ਨੂੰ ਵੀ ਵਾਪਸ ਲੈ ਲਿਆ ਜਿਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਅਕਾਲ ਤਖਤ ਦੇ ਨਿਰਦੇਸ਼ ਤੋਂ ਬਾਅਦ ਆਰਐਸਐਸ ਦੀ ਸਿੱਖ ਸ਼ਾਖਾ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਯਾਤਰਾ ਰੱਦ ਕਰਨ ਦਾ ਐਲਾਨ ਕਰਨ ਤੋਂ ਇਲਾਵਾ ਆਰਐਸਐਸ ਦੇ ਨਾਮ ਦੇ ਸਾਹਮਣੇ ਆਏ ਉਸ ਪਰਚੇ ਅਤੇ ਸਾਹਿਤ ਦੀ ਵੀ ਆਲੋਚਨਾ ਕੀਤੀ ਗਈ ਜਿਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਇਸ ਬਿਆਨ ਦੇ ਸੰਗਤ ਦੇ ਅਖਿਲ ਭਾਰਤੀ ਪ੍ਰਧਾਨ ਗੁਰਬਚਨ ਸਿੰਘ ਗਿੱਲ ਉਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਰੁਲਦਾ ਸਿੰਘ ਅਤੇ ਸੂਬਾ ਇਕਾਈ ਦੇ ਜਨਰਲ ਸਕੱਤਰ ਰਗਵੀਰ ਸਿੰਘ ਦੇ ਦਸਤਖਤ ਸਨ ਬਾਅਦ ਵਿੱਚ ਨਵੰਬਰ 2004 ਚ ਸੰਗਤ ਨੇ ਪੰਜਾਬ ਦੇ ਆਪਣੇ అనుభవਾਂ ਦਾ ਮੁਲਾਂਕਣ ਕਰਨ ਲਈ ਦਿੱਲੀ ਚ ਇੱਕ ਬੈਠਕ ਆਯੋਜਿਤ ਕੀਤੀ ਤੇ ਭਵਿੱਖ ਦੀਆਂ ਯੋਜਨਾਵਾਂ ਦੀ ਰੂਪਰੇਖਾ ਤਿਆਰ ਕੀਤੀ ਬੈਠਕ ਚ ਸ਼ਾਮਲ ਲੋਕਾਂ ਨੇ ਸਰਵਸਾਂਝੀ ਗੁਰਬਾਣੀ ਯਾਤਰਾ ਦੇ ਆਯੋਜਨ ਲਈ ਅਤੀਤ ਵਿੱਚ ਕੀਤੀਆਂ ਗਈਆਂ ਤਿਆਰੀਆਂ ਦੇ ਬਾਵਜੂਦ ਇਹ ਯਾਤਰਾ ਕੱਢਣ ਚ ਰਾਸ਼ਟਰੀ ਸਿੱਖ ਸੰਗਤ ਦੀ ਅਸਮਰਥਾ ਤੇ ਚਰਚਾ ਕੀਤੀ ਇਸ ਮੀਟਿੰਗ ਚ 18 ਸੂਬਿਆਂ ਤੋਂ ਕੁੱਲ 31 ਅਹੁਦੇਦਾਰ ਸ਼ਾਮਿਲ ਹੋਏ ਜਿਸ ਵਿੱਚ ਮੈਂਬਰਾਂ ਨੂੰ ਕਿਹਾ ਗਿਆ ਕਿਉਂ ਨਿਰਾਸ਼ ਨਾ ਹੋਣ ਤੇ ਪੰਜਾਬ ਦੇ ਬਾਹਰ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਯੋਗਦਾਨ ਦੇਣ ਵਾਲੇ ਵੱਖ-ਵੱਖ ਸੰਤਾਂ ਦੇ ਜਨਮ ਸਥਾਨਾਂ ਤੇ ਸਮਾਰੋਹਾਂ ਦਾ ਆਯੋਜਨ ਕਰਨ ਅਕਾਲ ਤਖਤ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਟਾਲਣ ਦੇ ਇਰਾਦੇ ਨਾਲ ਸਿੱਖ ਸੰਗਤ ਦੇ ਸ਼ਾਂਤ ਰਹਿਣ ਦੇ ਨਾਲ ਕੁਝ ਸਮੇਂ ਲਈ ਤਾਂ ਇੰਜ ਲੱਗਾ ਕਿ ਇਹ ਮੁੱਦਾ ਹੱਲ ਹੋ ਗਿਆ। ਸੰਗਤ ਨੇ ਵਿਦੇਸ਼ਾਂ 'ਚ ਰਹਿਣ ਵਾਲੇ ਕੱਟੜ ਪੰਥੀਆਂ ਦੇ ਨਾਲ ਰੂਲਦਾ ਸਿੰਘ ਦੀਆਂ ਬੈਠਕਾਂ ਤੋਂ ਇਲਾਵਾ ਪੰਜਾਬ 'ਚ ਆਪਣੀਆਂ ਗਤੀਵਿਧੀਆਂ ਵੀ ਟਾਲ ਦਿੱਤੀਆਂ ਸਨ। ਇਸ ਦਾ ਮਤਲਬ ਇਹ ਨਹੀਂ ਸੀ ਕਿ ਸੰਗਤ ਨੇ ਪੰਜਾਬ 'ਚ ਆਪਣੇ ਕੰਮ ਤੋਂ ਹੱਥ ਪਿੱਛੇ ਖਿੱਚ ਲਏ ਸਨ। ਪੰਜਾਬ 'ਚ ਕਰੀਬ 2 ਸਾਲਾਂ ਤੱਕ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਦੂਰ ਰਹਿਣ ਤੋਂ ਬਾਅਦ 2006 'ਚ ਸੰਗਤ ਦੇ ਰਾਸ਼ਟਰੀ ਪ੍ਰਧਾਨ ਗੁਰਬਚਨ ਸਿੰਘ ਗਿੱਲ ਨੇ ਇੱਕ ਵਾਰ ਫੇਰ ਯਾਤਰਾ ਦਾ ਮੁੱਦਾ ਚੁੱਕਦੇ ਹੋਏ ਦੋਸ਼ ਲਾਇਆ ਕਿ ਉਹਨਾਂ ਦੇ ਸੰਗਠਨ ਨੇ ਸਰਵ ਸਾਂਝੀ ਗੁਰਬਾਣੀ ਯਾਤਰਾ ਦਾ ਸਮਾਰੋਹ ਅਕਾਲ ਤਖਤ ਦੇ ਜਥੇਦਾਰ ਜਗENDER ਸਿੰਘ ਵਿਦਾਂਤੀ ਤੋਂ ਹਰੀ ਛੰਡੀ ਮਿਲਨ ਤੋਂ ਬਾਅਦ ਹੀ ਬਣਾਇਆ ਸੀ ਪਰ ਵਿਦੇਸ਼ ਯਾਤਰਾ ਤੋਂ ਪਰਤਣ ਤੋਂ ਬਾਅਦ ਉਹਨਾਂ ਦਾ ਰੁਖ ਬਦਲ ਗਿਆ ਇਹ ਪਹਿਲਾ ਮੌਕਾ ਸੀ ਜਦੋਂ ਸੰਗਤ ਨੇ ਸਾਫ਼ ਸ਼ਬਦਾਂ ਚ ਦੋਸ਼ ਲਾਇਆ ਕਿ ਵਿਦੇਸ਼ਾਂ ਚ ਬੈਠੇ ਕੱਟੜ ਪੰਥੀ ਅਕਾਲ ਤਖਤ ਦੇ ਜਥੇਦਾਰ ਦੇ ਫੈਸਲਿਆਂ ਬਾਰੇ ਨਿਰਦੇਸ਼ ਦੇ ਰਹੇ ਨੇ ਇਹ ਇਸ ਗੱਲ ਦਾ ਵੀ ਸੰਕੇਤ ਸੀ ਕਿ ਉਹ ਸੰਗਤ ਦੀਆਂ ਗਤੀਵਿਧੀਆਂ ਨੂੰ ਬਹੁਤ ਉਤਸੁਕਤਾ ਨਾਲ ਦੇਖ ਰਹੇ ਨੇ ਇਹਨਾਂ ਸਾਰੀਆਂ ਗੱਲਾਂ ਨੇ ਸੰਗਤ ਅਤੇ ਅਕਾਲ ਤਖਤ ਤੇ ਸਿੱਖ ਕੱਟੜਪੰਥੀਆਂ ਵਿਚਾਲੇ ਰਿਸ਼ਤਿਆਂ 'ਚ ਹੋਰ ਜ਼ਿਆਦਾ ਕੁੜੱਤਨ ਪੈਦਾ ਕਰ ਦਿੱਤੀ ਸੀ ਇਸੇ ਦੌਰਾਨ ਜ਼ਬਾਨੀ ਜੰਗ ਜਾਰੀ ਰਹੀ ਸੰਗਤ ਨੇ ਪੰਜਾਬ 'ਚ ਆਪਣੀਆਂ ਗਤੀਵਿਧੀਆਂ ਨੂੰ ਟਾਲ ਕੇ ਰਾਜਸਥਾਨ ਜੰਮੂ ਕਸ਼ਮੀਰ ਹਰਿਆਣਾ ਦਿੱਲੀ ਉੱਤਰਾਖੰਡ ਉੱਤਰ ਪ੍ਰਦੇਸ਼ ਛੱਤੀਸਗੜ੍ਹ ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਤੇ ਧਿਆਨ ਕੇਂਦ੍ਰਿਤ ਕੀਤਾ ਜਿੱਥੇ ਸੇਖਾਬਾਦੀ ਸੀ ਇਸੇ ਲਈ ਰੁਲਦਾ ਸਿੰਘ ਦੀ ਜਦੋਂ 2009 ਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਤਾਂ ਇਸ ਉੱਤੇ ਅਵਿਸ਼ਵਾਸ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਇਆ ਕਿ ਇਹ ਅਜੇ ਹੀ ਕਿਸੇ ਵਿਅਕਤੀ ਦਾ ਕੰਮ ਹੈ ਜੋ ਸਿੱਖ ਧਰਮ ਨੂੰ ਆਪਣੇ ਵਿੱਚ ਆਤਮਸਾਥ ਕਰਨ ਦੀ ਆਰਐਸਐਸ ਦੀ ਚੁਣੌਤੀ ਦੇ ਵਿਰੁੱਧ ਹੈ ਰੁਲਦਾ ਸਿੰਘ ਤੇ ਉਹਨਾਂ ਦੀਆਂ ਗਤੀਵਿਧੀਆਂ ਤੋਂ ਜਾਣੂ ਲੋਕ ਨੂੰ ਇੰਜ ਲੱਗਦਾ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੁਆਰਾ ਇਸ ਸੰਸਨੀ ਖੇਜ਼ ਅਤਿਆਕਾਂਡ ਦੀ ਜ਼ਿੰਮੇਵਾਰੀ ਲੈ ਜਾਣ ਤੋਂ ਪਹਿਲਾਂ ਹੀ ਇਸ ਨਤੀਜੇ ਤੇ ਪਹੁੰਚ ਗਏ ਸਨ ਉਹ ਪੰਜਾਬ ਚ ਸੰਗਤ ਦਾ ਇਕਲੌਤਾ ਅਜਿਹਾ ਚਿਹਰਾ ਸਨ ਜਿਸ ਦੀ ਪਛਾਣ ਸੀ ਕਿਉਂਕਿ ਬ੍ਰਿਟੇਨ ਅਤੇ ਹੋਰ ਦੇਸ਼ਾਂ ਦੀਆਂ ਅਕਸਰ ਹੋਣ ਵਾਲੀਆਂ ਉਹਨਾਂ ਦੀਆਂ ਯਾਤਰਾਵਾਂ ਤੇ ਸਮੇਂ-ਸਮੇਂ ਤੇ ਸਿੱਖ ਕੱਟੜ ਪੰਥੀਆਂ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੀ ਸੰਗਤ ਨਾਲ ਸੰਬੰਧਿਤ ਅਜਈਆਂ ਖਬਰਾਂ ਸਨ ਜੋ ਸੂਬੇ ਦੇ ਵਿੱਚ ਮੀਡੀਆ ਚ ਆਉਂਦੀਆਂ ਸਨ ਉਸ ਰਾਤ ਰੁਲਦਾ ਸਿੰਘ ਇੱਕ ਸੋਚਿਆ ਸਮਝਿਆ ਨਿਸ਼ਾਨਾ ਸਨ ਤੇ ਉਹਨਾਂ ਦੇ ਕਤਲ ਦਾ ਮਕਸਦ ਆਰਐਸਐਸ ਤੇ ਉਸ ਦੀ ਰਾਸ਼ਟਰੀ ਸਿੱਖ ਸੰਗਤ ਨੂੰ ਸਾਫ਼ ਤੇ ਸਪਸ਼ਟ ਸੰਦੇਸ਼ ਦੇਣਾ ਸੀ